हो जान वाले आवे सानू अज नार वाके जाई जान वाले आवे हो मेहंदी रंगे हथा नाल अखियां पूंज के हो तेरे दिते गम पाले झोली विच गूंज के लोग जदों लुधियाने उन्होंने डेड बॉडी लैके तुरे आ तां लोगों ने बहुत ज्यादा माण किया क्योंकि वह माणक साहब सारे दे सी चादर चढ़ा मरहूम कलियां दे बादशाह कुलदीप माणक दी 12वीं बरसी मौके उन्हां दे बेटे युद्धवीर माणक भतीजे गायक प्रगट खान ते जगदेव खान मेशी माणक वल्लों अपने जद्दी पिंड जलाल पहुंच के लुधियाना घर विखे मनाई जाण वाली बरसी नूं मुख रखदे कबर ते चादर चढ़ाउण दी रस्म अदा कीती गई सी अते मत्था टेकिया गया सी। पर अज 2 दसंबर नूं पिंड जलाल विखे कलियां दे बादशाह कुलदीप माणक नूं उन्हां दे जद्दी पिंड जलाल विखे सुपुरदे खाक यानी दफन कीता गया सी। अज इस मौके हसन माणक पिंड जलाल विच पहुंचे ते माणक साहब दी कबर उत्ते मत्था टेकिया ते चादर चढ़ाउण दी रस्म जिहड़ी अदा कीती। इस मौके हसन माणक ने होर की किया तुसीं जरूर सुणो। जो साढ़े बजुर्गों ने सानू विरासत दे विच दित्ता असीं लोकां चों लैके आउने लोक पसंद करदे आ जो गाउने कदे कदे किसे ने रोके ने उही गावांगे सानू नवां गाउण दी लोड़ नहीं पसंद करना कर ही लैणा उहनां दे गाए गीत 2 बोल उहनां दे हाँ जी मैं उह गाऊंगा जरूर। हो जान वाले आवे सानू अज नार वाके जाई जान वाले आवे हो मेहंदी रंगे हथा नाल अखियां नू पूंज के हो तेरे दिते गम पाले झोली विच गूंज के दिते होए जख्मां ते हो मल मुलवा के जाई जान वाले आवे। जिहड़ा मेला मतलब के तुसी उत्थे जलाल दीवाल जां लुधियाने उहनां दे घर विखे मनाउणे हो ते जे पिंड तुहाडा साथ देवे की तुसी जलाल मनाओगे उह? बिल्कुल मेरी गल सुनो माणक साहब मैं तुहानूं दस्सदा माणक साहब आ जिहड़े उह जलाल पिंड दा किहो जिहा हीरा सीगा जिन्हां नूं लोकां ने माण बख्शिया जलाल पिंड दा नौ उह रूह ने उच्चा की वार सीगा उह पहलां वी इक दिन आया गा। हाँ जी हाँ जी ਮੈਨੂੰ ਪਤਾ ਵੀ ਇੰਨੇ ਲੋਕ ਕਾਇਨਾਤ ਇੰਨੀ ਇੱਥੇ ਖਲਕਤ ਪਹੁੰਚੀ ਹੋਈ ਸੀ ਵੀ ਮੈਨੂੰ ਪਤਾ ਵੀ ਇੰਨਾ ਕੁ ਇਕੱਠ ਸੀਗਾ ਲੋਕ ਜਦੋਂ ਲੁਧਿਆਣੇ ਉਹਨਾਂ ਦੀ ਡੈਡ ਬੋਡੀ ਲੈ ਕੇ ਤੁਰੇ ਆ ਤਾਂ ਲੋਕਾਂ ਨੇ ਬਹੁਤ ਜ਼ਿਆਦਾ ਮਾਣ ਕੀਤਾ ਕਿਉਂਕਿ ਉਹ ਮਾਣਕ ਸਾਹਿਬ ਸਾਰਿਆਂ ਦੇ ਸੀ ਉਹ ਇਕੱਲੇ ਸਾਡੇ ਪਰਿਵਾਰ ਦੇ ਨਹੀਂ ਸੀਗੇ ਹੈ ਨਾ ਕਲੀਆਂ ਦਾ ਬਾਦਸ਼ਾਹ ਲੋਕਾਂ ਨੇ ਰੁਤਬਾ ਦਿੱਤਾ ਤਾਂ ਉਹ ਬਾਦਸ਼ਾਹ ਹੁੰਦਾ ਜਿਹੜਾ ਉਹਨੂੰ ਲੋਕ ਮਾਣ ਬਖਸ਼ਦੇ ਆ ਪਰ ਉਹ ਇਹੋ ਜਿਹੇ ਇਨਸਾਨ ਸੀਗੇ ਇੱਦਾਂ ਦੀ ਰੂਹ ਦੇ ਮਾਲਕ ਸੀਗੇ ਉਹਨਾਂ ਦੇ ਵਿੱਚ ਆਕੜ ਜਾਂ ਹੰਕਾਰ ਨਾਂ ਦੀ ਚੀਜ਼ ਨਹੀਂ ਸੀ ਸੋ ਅਸੀਂ ਇੱਥੇ ਤਾਂ ਹੀ ਆਉਂਦੇ ਹਾਂ ਵੀ ਅਸੀਂ ਥੋੜ੍ਹਾ ਜਿਹਾ ਆਪਣੇ ਉਹ ਲੈਵਲ 'ਤੇ ਰਹੀਏ ਅਤੇ ਅਸੀਂ ਡਰਦੇ ਰਹੀਏ ਅਤੇ ਡਰਦੇ ਰਹਿੰਦੇ ਹਾਂ ਹੈ ਨਾ ਕੋਈ ਸਾਡੇ ਤੋਂ ਭੁੱਲ ਚੁੱਕ ਨਾ ਹੋਵੇ ਸੋ ਹਸਨ ਮਾਣਕ ਮੇਰੇ ਭਾਣਜਾ ਇਹ ਮਤਲਬ ਕਿ ਇਹ ਜਦੋਂ ਤੋਂ ਮੈਂ ਇਹਨੇ ਜਨਮ ਲਿਆ ਉਦੋਂ ਤੋਂ ਮਾਣਕ ਸਾਹਿਬ ਦੀ ਗਾਇਕੀ ਨੂੰ ਪਸੰਦ ਉਦੋਂ ਤੋਂ ਕਰਦਾ ਸੀਗਾ ਜੀ ਇਹਨੇ ਮਤਲਬ ਇੰਨਾ ਗਾਈ ਜਿਹੜਾ ਅਸੀਂ ਵੀ ਕਈ ਵਾਰ ਅਰਖ ਮੱਖ ਯਾਰ ਚੁੱਪ ਕਰ ਜਾ ਕੇ ਵੀ ਤੂੰ ਹਰ ਵਕਤ ਹੀ ਮਾਣਕ ਮਾਣਕ ਹੀ ਕਰਦਾ ਰਹਿੰਦਾ ਇਹਨੇ ਕਿਹੜਾ ਪਤਾ ਨਹੀਂ ਕੀ ਗੱਲ ਆ ਮਾਮਾ ਜੀ ਮੈਥੋਂ ਚੁੱਪ ਹੋਇਆ ਹੀ ਨਹੀਂ ਜਾਂਦਾ ਅਤੇ ਅੱਜ ਨਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਅੱਜ ਦੇ ਦਿਨ ਇਹਨਾਂ ਨੂੰ ਸਪੁਰਦੇ ਖਾਕ ਕੀਤਾ ਗਿਆ ਸੀ ਕੁਲਦੀਪ ਮਾਣਕ ਸਾਹਿਬ ਨੂੰ ਇਹ ਅੱਜ ਹਸਨ ਉਹਨਾਂ ਦੀ ਮਤਲਬ ਕਬਰ 'ਤੇ ਚਾਦਰ ਚੜ੍ਹਾਉਣ ਆਇਆ ਇਹਨੇ ਬਹੁਤ ਮੈਨੂੰ ਇਹਦੀ ਵਧੀਆ ਕੇ ਗੱਲ ਲੱਗੀ ਇਹਨੇ ਚਾਦਰ ਮਾਣਕ ਸਾਹਿਬ ਦੀ ਕਬਰ 'ਤੇ ਚੜ੍ਹਾਈ ਅਤੇ ਜੋ ਯੁੱਧਵੀਰ ਕਬਰ ਚੜ੍ਹਾ ਕੇ ਗਿਆ ਸੀ ਉਹ ਕਬਰ ਉੱਤੇ ਕੀਤੀ ਅਤੇ ਆਪਦੇ ਥੱਲੇ ਕੀਤੀ ਮੈਂ ਇਸ ਗੱਲ 'ਤੇ ਬਹੁਤ ਖੁਸ਼ ਹਾਂ ਅਤੇ ਬਾਕੀ ਜਿਹੜੇ ਕੀਤੀ ਸੀ ਨਗਰ ਬਾਰੇ ਗੱਲ ਕਲਾਕਾਰ ਅਸੀਂ ਆਪਣੇ ਲਿਆਵਾਂਗੇ ਮੈਂ ਹਸਨ ਮਾਣਕ ਵੱਲੋਂ ਇਹ ਕਹਿਣਾ ਹੋਰ ਵੀ ਜੋ ਖਰਚੇ ਹੋਏ ਅਸੀਂ ਕਰਾਂਗੇ ਅਤੇ ਪਿੰਡ ਸਹਿਯੋਗ ਹੀ ਦੇਵੇ ਇਕੱਲਾ ਇੰਨਾ ਹੀ ਬਹੁਤ ਬਿਲਕੁਲ ਬਿਲਕੁਲ ਮੇਰੀ ਤਾਂ ਮੈਂ ਉਹਨਾਂ ਨਾਲੋਂ ਨੀਵਾਂ ਹੀ ਠੀਕ ਆ ਬੜਾ ਵੱਡਾ ਨਹੀਂ ਬਣਨਾ ਤੇ ਹੰਕਾਰ ਨੂੰ ਮਾਰ ਪੈਂਦੀ ਹੁੰਦੀ ਆ ਜੋ ਮੇਨ ਮੇਨ ਹੱਕ ਆ ਜਿਹੜਾ ਜਾਂ ਜੋ ਮੇਨ ਘਰ ਦਾ ਵਾਰਸ ਆ ਉਹ ਯੁੱਧਵੀਰ ਮਾਣਕ ਹੀ ਰਹਿਣਾ।
ਸਾਡੇ ਵਰਗੇ ਤਾਂ ਪਤਾ ਨਹੀਂ ਕਿੰਨੇ ਗਏ ਤੇ ਕਿੰਨੇ ਗਏ। ਬਹੁਤ ਉਹਨਾਂ ਨੂੰ ਪਿਆਰ ਕਰਨ ਵਾਲੇ ਆ, ਬੜੇ ਉਹਨਾਂ ਦੇ ਸ਼ਾਗਿਰਦ ਹੈ, ਪਰ ਜਿਹੜੀ ਜਗ੍ਹਾ ਉਹਨਾਂ ਦੇ ਪੁੱਤ ਦੀ ਆ ਯੁੱਧਵੀਰ ਮਾਣੇ। ਭਗਤਾ ਭਾਈ ਤੋਂ ਬਿੰਦਰ ਜਲਾਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।